ਅਮਰਿੰਦਰ ਸਿੰਘ ਵੱਲੋਂ ਖਾਲਸਾ ਕਾਲਜ ਨੂੰ ਖਾਲਸਾ ਯੂਨੀਵਰਸਿਟੀ ਬਣਾਉਣ ਦੇ ਫੈਸਲੇ ਤੇ ਰੋਕ ਲਗਾਈ ਗਈ ਸੀ। ਇਸ ਨੂੰ ਲੈ ਕੇ ਸਿਆਸੀ ਵਿਰੋਧੀਆਂ ਵੱਲੋਂ ਕੈਪਟਨ ਦੇ ਇਸ ਕਦਮ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਦੇ ਬੀਜੇਪੀ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੈਪਟਨ ਦੇ ਇਸ ਫੈਸਲੇ ਪਿੱਛੇ ਸਿਆਸੀ ਬਦਲਾਖੋਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕੈਪਟਨ ਅਮਰਿੰਦਰ ਵੱਲੋਂ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਸਮਰਥਕ ਕਰਾਰ ਦੇ ਕੇ ਮਿਲਣ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਲੈ ਕੇ ਉਹਨਾਂ ਦੀ ਮੁਖਾਲਫ ਵੀ ਕੀਤੀ ਹੈ। ਐਜੂਕੇਸ਼ਨ ਨੂੰ ਕਿਵੇਂ ਵਧਾਉਣਾ, ਕਿਵੇਂ ਕੀ ਕਰਨਾ, ਬਹੁਤ ਕੁਛ ਕਰਨ ਵਾਲਾ ਸਰਕਾਰਾਂ ਵਾਸਤੇ। ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਆਪਣੇ ਆਉਣ ਵਾਲੇ 5 ਸਾਲ ਦੀ ਕਾਰਗੁਜ਼ਾਰੀ ਲੋਕਾਂ ਨੂੰ ਦਿਖਾਉਣੀ ਚਾਹੀਦੀ ਹੈ, ਨਾ ਕਿ ਪਿਛਲੀ ਸਰਕਾਰਾਂ ਦੇ ਫੈਸਲਿਆਂ ਨੂੰ ਰੱਦ ਕਰਕੇ ਹੀਰੋ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਬੜਾ ਮੰਦਭਾਗਾ ਔਰ ਪੋਲੀਟੀਕਲ ਵੈਂਡੇਟਾ ਮੈਂ ਇਹਨੂੰ ਕਹਾਂਗਾ, ਇਹ ਜਿਹੜਾ ਇਹਨਾਂ ਨੇ ਕੀਤਾ ਹੈ ਇਹ ਅੱਛੀ ਗੱਲ ਨਹੀਂ ਹੈ। ਔਰ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਸੱਜਣ ਸਿੰਘ ਨੂੰ, ਜਿਹੜਾ ਦੇਖੋ ਇੱਕੋ ਵੇਲੇ 2 ਵਾਰ ਇਹਨੇ ਗਲਤ ਫੈਸਲੇ ਕੀਤੇ ਕਿ ਸੱਜਣ ਸਿੰਘ ਇੱਕ ਕੈਨੇਡਾ ਤੋਂ ਡਿਫੈਂਸ ਮਿਨਿਸਟਰ ਬਣਾਇਆ, ਉਹ ਇੰਡੀਆ ਗਵਰਨਮੈਂਟ ਦੇ ਮਹਿਮਾਨ ਦੇ ਤੌਰ 'ਤੇ ਆਏ ਹੈ, ਔਰ ਇੱਕ ਸਟੇਟ ਦਾ ਚੀਫ ਮਿਨਿਸਟਰ ਕਹਿੰਦਾ ਕਿ ਮੈਂ ਉਹਨੂੰ ਵੈਲਕਮ ਨਹੀਂ ਕਰਾਂਗਾ। ਇਹ ਮੈਂ ਸਮਝਦਾ ਕੈਪਟਨ ਸਾਹਿਬ ਬੜੇ ਅੱਛੇ ਐਡਮਿਨਿਸਟ੍ਰੇਟਰ ਨੇ, ਬੜੇ ਅੱਛੇ, ਉਹਨਾਂ ਨੇ ਕਈ ਵਾਰ ਅਸੀਂ ਪਿਛਲੀ ਗੌਰਮੈਂਟ ਦੇਖੇ ਫੈਸਲੇ ਕੀਤੇ ਨੇ, ਲੇਕਿਨ ਇਹ 2 ਫੈਸਲੇ ਉਹਨਾਂ ਨੂੰ ਕਈ ਵਾਰ ਇਹਨਾਂ ਫੈਸਲਿਆਂ 'ਤੇ ਪਛਤਾਉਣਾ ਪਏਗਾ।